ਸਤਿ ਸ਼੍ਰੀ ਅਕਾਲ ਮੈਂ ਡਾਕਟਰ ਦੀਪਿੰਦਰ ਕੌਰ ਮੈਡੀਕਲ ਅਫਸਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਰਾਜ ਵੱਲੋਂ ਸਥਾਪਿਤ ਕੋਵਿਡ ਕੰਟਰੋਲ ਰੂਮ ਦੀ ਮੈਂਬਰ ਹਾਂ ਅੱਜ ਸੂਬੇ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਨਜਿੱਠਣ ਲਈ ਪੰਜਾਬ ਰਾਜ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ 57ਵਾਂ ਦਿਨ ਹੈ ਹੁਣ ਤੱਕ ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਨੇ 99,31,521 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਅਤੇ 4,97,506 ਲੋਕਾਂ ਦੀ ਮੌਤ ਦਾ ਕਾਰਨ ਬਣਿਆ ਹੈ ਪਰ 53,79,874 ਲੋਕ ਠੀਕ ਵੀ ਹੋ ਚੁੱਕੇ ਹਨ ਭਾਰਤ ਦੀ ਗੱਲ ਕਰੀਏ ਤਾਂ ਇਸ ਮਹਾਮਾਰੀ ਨੇ 5,10,670 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਜਿਸ ਵਿੱਚ 15,712 ਮੌਤਾਂ ਸ਼ਾਮਿਲ ਹਨ ਪਰ ਲਗਭਗ 2,96,376 ਲੋਕ ਇਸ ਮਹਾਮਾਰੀ ਤੋਂ ਪੂਰੀ ਤਰ੍ਹਾਂ ਠੀਕ ਵੀ ਹੋਏ ਹਨ ਸੂਬੇ ਵਿੱਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਧ ਤੋਂ ਵੱਧ ਸ਼ੱਕੀ ਨਮੂਨਿਆਂ ਦੀ ਜਾਂਚ ਕਰ ਰਹੀ ਹੈ ਅਤੇ ਇਸ ਸੰਬੰਧ ਵਿੱਚ ਰਾਜ ਸਰਕਾਰ ਨੇ ਟੈਸਟ ਲਈ 2,84,431 ਨਮੂਨੇ ਲੈਬ ਵਿੱਚ ਭੇਜੇ ਹਨ ਜਿਨ੍ਹਾਂ ਵਿੱਚੋਂ ਅੱਜ ਤੱਕ 5,056 ਨਮੂਨੇ ਪੋਜ਼ਿਟਿਵ ਪਾਏ ਗਏ ਹਨ ਜੋ ਕਿ ਕੱਲ੍ਹ ਦੀ ਗਿਣਤੀ ਨਾਲੋਂ 100 ਵੱਧ ਹਨ ਬਦਕਿਸਮਤੀ ਨਾਲ ਹੁਣ ਤੱਕ ਪੰਜਾਬ ਵਿੱਚ 128 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ 3,320 ਲੋਕ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ ਹੁਣ ਪੰਜਾਬ ਵਿੱਚ ਸੰਸਥਾਗਤ ਇਕਾਂਤਵਾਸ ਕੇਸਾਂ ਦੀ ਗਿਣਤੀ 1,608 ਹੈ ਸੂਬਾ ਸਰਕਾਰ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦੀ ਹੈ ਕਿ ਪੰਜਾਬ ਨੂੰ ਕੋਵਿਡ ਫ੍ਰੀ ਕਰਨ ਲਈ ਮਿਸ਼ਨ ਫਤਿਹ ਵਿੱਚ ਆਪਣਾ ਯੋਗਦਾਨ ਪਾਓ ਅਤੇ ਮਿਸ਼ਨ ਫਤਿਹ ਯੋਧਾ ਬਣੋ ਇਸ ਸੰਬੰਧੀ ਤੁਸੀਂ ਕੋਵਾ ਐਪ ਡਾਊਨਲੋਡ ਕਰੋ ਅਤੇ ਮੁਕਾਬਲੇ ਲਈ ਰਜਿਸਟ੍ਰੇਸ਼ਨ ਕਰੋ ਕੋਵਿਡ ਅਹਿਤਿਆਤ ਵਰਤਦਿਆਂ ਅੰਕ ਪ੍ਰਾਪਤ ਕਰੋ ਰੈਫਰਲ ਲਈ ਵਾਧੂ ਅੰਕ ਹਾਸਲ ਕਰੋ ਮਾਣਯੋਗ ਮੁੱਖ ਮੰਤਰੀ ਜੀ ਪੰਜਾਬ ਦੇ ਦਸਤਖਤਾਂ ਵਾਲਾ ਸੋਨਾ ਚਾਂਦੀ ਅਤੇ ਕਾਂਸੀ ਸਰਟੀਫਿਕੇਟ ਜਿੱਤੋ ਹੁਣ ਤੱਕ 50 ਚਾਂਦੀ ਅਤੇ 150 ਕਾਂਸੀ ਸਰਟੀਫਿਕੇਟ ਜਿੱਤੇ ਜਾ ਚੁੱਕੇ ਹਨ ਅੰਤ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਕੋਸ਼ਿਸ਼ ਕਰੋ ਬਿਨਾਂ ਹੱਥ ਮਿਲਾਏ ਇੱਕ ਦੂਸਰੇ ਨੂੰ ਮਿਲਿਆ ਜਾਵੇ ਘੱਟੋ ਘੱਟ 6 ਫੁੱਟ ਦੀ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ ਮਾਸਕ ਪਹਿਨੋ ਰੈਸਪੀਰੇਟਰੀ ਹਾਈਜੀਨ ਬਣਾਈ ਰੱਖੋ ਵਾਰ ਵਾਰ ਅਤੇ ਚੰਗੀ ਤਰ੍ਹਾਂ ਹੱਥ ਧੋਵੋ ਜਨਤਕ ਥਾਵਾਂ 'ਤੇ ਨਾ ਥੁੱਕੋ ਵਾਰ ਵਾਰ ਛੂਹਣ ਵਾਲੀਆਂ ਸਤਹਾਂ ਨੂੰ ਸਾਫ਼ ਅਤੇ ਰੋਗਾਣੂ ਮੁਕਤ ਰੱਖੋ ਬੇਲੋੜੀ ਯਾਤਰਾ ਤੋਂ ਪਰਹੇਜ਼ ਕਰੋ ਭੀੜ ਵਾਲੀਆਂ ਥਾਵਾਂ ਤੋਂ ਬਚੋ ਬੁਖਾਰ ਖੰਘ ਜ਼ੁਕਾਮ ਸਾਹ ਲੈਣ ਵਿੱਚ ਮੁਸ਼ਕਿਲ ਅਤੇ ਸਰੀਰ ਦੇ ਦਰਦ ਵਰਗੇ ਲੱਛਣਾਂ ਵਿੱਚ ਤੁਸੀਂ ਡਾਕਟਰੀ ਸਲਾਹ ਲੈਣ ਲਈ 104 ਡਾਇਲ ਕਰ ਸਕਦੇ ਹੋ ਕਿਸੇ ਤਣਾਅ ਨਾਲ ਜੁੜੇ ਮੁੱਦੇ ਲਈ ਤੁਸੀਂ ਪੰਜਾਬ ਸਰਕਾਰ ਦੇ ਪ੍ਰਮਾਣਿਤ ਮੈਡੀਕਲ ਸਲਾਹਕਾਰ ਨਾਲ ਗੱਲ ਕਰਨ ਲਈ 1800180404 'ਤੇ ਡਾਇਲ ਕਰ ਸਕਦੇ ਹੋ ਸੁਰੱਖਿਅਤ ਰਹੋ ਸਿਹਤਮੰਦ ਰਹੋ ਧੰਨਵਾਦ